ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਚਿਲੀ ਮੁੰਡੇ ਚੈਨਲ। ਅੱਜ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਸਬਜ਼ੀ ਮੰਡੀ ਦੀ, ਜਿਸ ਤਰ੍ਹਾਂ ਸਬਜ਼ੀ ਮੰਡੀ ਵਿੱਚ ਕਾਫੀ ਮੰਦਾ ਚੱਲ ਰਿਹਾ ਵਾ, ਔਰ ਵੱਖ ਵੱਖ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਔਰ ਦੁਕਾਨਦਾਰਾਂ ਨੇ ਇਹ ਦੱਸਿਆ ਵਾ ਵੀ ਸਬਜ਼ੀ ਦੀ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਮਾੜੇ ਆ, ਕਿਉਂਕਿ ਸਬਜ਼ੀ ਮਾਰਕੀਟ ਜਿਹੜੇ ਇਸ ਟਾਈਮ ਮੰਦਾ ਚੱਲ ਰਿਹਾ ਵਾ। ਔਰ ਮੇਰੇ ਨਾਲ ਸਬਜ਼ੀ ਦੇ ਦੁਕਾਨ ਮਾਲਕ ਆ ਕੀ ਗੱਲਬਾਤ ਕਰ ਲੈਂਦਾ ਭਾਈ, ਕੀ ਨਾਂ ਤੁਹਾਡਾ ਜੀ? ਵਿਜੇ ਕੁਮਾਰ। ਵਿਜੇ ਕੁਮਾਰ ਜੀ, ਕਾਹਦੀ ਦੁਕਾਨ ਆ? ਸਬਜ਼ੀ। ਸਬਜ਼ੀ ਤਾਂ ਕਿੱਦਾਂ ਦੇ ਆ ਰੇਟ ਰੂਟ ਆ ਇਸ ਵੇਲੇ? ਇਹ ਵੇਲੇ ਮੰਡੀ ਤੇਜ਼ੀ ਹੈ ਤੇ ਬਾਹਰ ਮੰਦਾ ਹੈ, ਠੰਡੀ ਮੌਸਮ ਹੈ। ਨਹੀਂ ਨਹੀਂ, ਮੰਡੀ 'ਚ ਕਿੱਦਾਂ ਤੇਜ਼ੀ? ਮੰਡੀ 'ਚ ਮਤਲਬ ਸਮੁੰਦਰ ਕਮ ਆ ਰਿਹਾ ਹੈ ਨਾ, ਮੰਡੀ ਸੌਦਾ ਘੱਟ ਹੁੰਦਾ ਪਿਆ ਵਾ, ਉਹਦੇ ਕਰਕੇ ਮੰਡੀ ਤੇਜ਼ੀ ਵਾ। ਅੱਛਾ, ਤਾਂ ਜੇ ਵਹਾਂ ਲੈ ਕੇ ਆਓ ਤਾਂ ਯਹਾਂ ਵਿਕਤਾ ਨਹੀਂ ਹੈ। ਗਾਹਕ ਕੋਈ ਆਤਾ ਹੀ ਨਹੀਂ, ਜਬ ਗਾਹਕ ਕੇ ਪਾਸ ਪੈਸਾ ਹੋਗਾ ਤਬ ਤੋ ਆਏਗਾ, ਔਰ ਜੋ ਪੈਸੇ ਨਹੀਂ ਉਸਕੇ ਪਾਸ ਤੋ ਕਹਾਂ ਆਏਗਾ। ਪੈਸਾ ਕਿਆ ਕਿਆ ਬਾਤ ਆ? ਜੈਸੇ ਸਬਕਾ ਕਾਮ ਬੰਦ ਪੜਾ ਹੈ, ਠੰਡ ਵਜੇ ਸੇ ਠੰਡ ਜ਼ਿਆਦਾ ਪੜ ਰਹੀ ਹੈ, ਠੰਡ ਮੇ ਕਾਮ ਕਰਨੇ ਕਾ ਦਿਲ ਨਹੀਂ ਕਰਦਾ ਕਿਸੀ ਕਾ, ਤੇ ਇਸ ਕੇ ਤੋ ਪੈਸਾ ਵੀ ਨਹੀਂ ਹੈ। ਜਿਸ ਤਰ੍ਹਾਂ ਹੁਣ ਇਸ ਟਾਈਮ ਮਟਰ ਕੀ ਰੇਟ ਹੈਗਾ? ਅੱਜ ਮਟਰ ਹੈ 30 ਰੁਪਏ ਕਿਲੋ। ਅੱਛਾ, ਤੇ ਆਲੂ? ਆਲੂ 10 ਰੁਪਏ। ਤੇ ਪਿਆਜ਼? ਪਿਆਜ਼ 100 ਦੇ 3 ਕਿਲੋ। ਤੇ ਜਿਹੜਾ ਲਸਣ ਆ? ਲਸਣ ਹੈ 360 ਰੁਪਏ। ਅਦਰਕ? ਅਦਰਕ 150। ਤੇ ਇਹ ਅਦਰਕ ਤੇ ਲਸਣ ਦਾ ਰੇਟ ਕਿਉਂ ਜ਼ਿਆਦਾ? ਇਹ ਪਤਾ ਨਹੀਂ, ਅੱਗੇ ਸੇ ਪੈਦਾਵਾਰ ਕਮ ਹੋਗਾ ਤਬੀ ਤਾਂ ਜ਼ਿਆਦਾ ਹੋਊਗਾ। ਨਹੀਂ, ਇਹ ਬਾਹਰੋਂ ਆਉਂਦਾ ਕੀ ਗੱਲ? ਲਸਣ? ਹਾਂ, ਲਸਣ ਬਾਹਰੋਂ ਆਉਂਦੇ ਆ, ਜਿਹੜਾ ਹੁਣ ਬੀਜਿਆ ਗਿਆ ਉਹ ਤਿਆਰ ਨਹੀਂ ਹੈਗਾ, ਉਸ ਦਾ ਸੀਜ਼ਨ ਅਭੀ 10 ਮਹੀਨਾ ਖਾਣ ਕੇ ਬਾਅਦ ਮੈਂ ਤਿਆਰ ਹੋਊਗਾ, ਫਿਰ ਹੋ ਸਕਦਾ ਹੈ ਸਸਤਾ ਹੋ ਸਕਦਾ ਹੈ। ਇਹ ਮਹਿੰਗਾ ਤਾਂ ਮੇਰਾ ਖਰਚਾ ਜ਼ਿਆਦਾ ਪੈਂਦਾ ਜਦੋਂ ਬਾਹਰ ਆਉਂਦਾ, ਤਦ ਕਰਕੇ ਮਹਿੰਗਾ ਹੋ ਜਾਂਦਾ। ਹਾਂ, ਇਸੇ ਕਰਕੇ ਜਿਸੇ ਉੱਪਰ ਜੇ ਬਾਹਰ ਆਏਗਾ ਤਾਂ ਕਿਰਾਇਆ ਵੀ ਪੜੇਗਾ, ਟੈਕਸ ਵੀ ਲੱਗੇਗਾ, ਸਭ ਚੀਜ਼ ਉਸਕੇ ਉੱਪਰ ਲੱਗ ਕੇ ਫਿਰ ਬਾਅਦ ਮੇਂ ਮਾਰਕੀਟ ਮੇਂ ਆਏਗਾ। ਜੈਸੇ ਜਿਸ ਤਰ੍ਹਾਂ ਸਬਜ਼ੀ ਦੇ ਰੇਟ ਘੱਟ ਵਾ ਹਨਾ, ਤੇ ਜਦੋਂ ਸਬਜ਼ੀ ਦੇ ਰੇਟ ਵੱਧ ਹੁੰਦੇ ਆ ਤਾਂ ਦੁਕਾਨਦਾਰ ਨੂੰ ਕਦੋਂ ਬੈਨੀਫਿਟ ਹੁੰਦਾ, ਵੱਧ ਵਿੱਚ ਕਿ ਘੱਟ ਚ ਹੁੰਦਾ ਫਾਇਦਾ? ਫਾਇਦਾ ਹੁੰਦਾ ਜਿੱਥੇ ਜੋ ਚੀਜ਼ 20 ਰੁਪਇਆ ਕਿਲੋ ਹੋਵੇ ਤਾਂ ਹਰ ਇੱਕ ਇਨਸਾਨ ਲੈ ਸਕਦਾ ਹੈ। ਅੱਛਾ, ਔਰ ਜਬ ਜ਼ਿਆਦਾ ਮਹਿੰਗਾ ਹੋ ਗਿਆ ਤਾਂ ਪਹੀਆ ਪਰ ਆਤਾ ਹੈ, ਉਹ ਕਹਿੰਦਾ ਹਮਕੋ ਪਹੀਆ ਪਹੀਆ ਗੁਜ਼ਾਰਾ ਕਰੇਂਗੇ ਹਮ। ਜਦੋਂ ਜ਼ਿਆਦਾ ਮਹਿੰਗੀ ਉਦੋਂ ਜ਼ਿਆਦਾ ਬੈਨੀਫਿਟ ਹੁੰਦਾ ਦੁਕਾਨਦਾਰ, ਮਤਲਬ ਤੁਹਾਨੂੰ ਜ਼ਿਆਦਾ ਜਦੋਂ ਕਮਾਈ ਉਦੋਂ ਜ਼ਿਆਦਾ ਵਧੀ ਹੁੰਦੀ ਹੈ ਜਦੋਂ ਤੁਹਾਨੂੰ ਮਤਲਬ ਸੌਦਾ ਮਹਿੰਗਾ ਵਿਕਦਾ? ਨਹੀਂ, ਸਸਤੇ 'ਚ। ਸਸਤੇ 'ਚ? ਤੇ ਹੁਣ ਤੁਹਾਡੀ ਦਿਹਾੜੀ ਪੁੱਲ ਪੈ ਰਹੀ ਫਿਰ? ਨਹੀਂ, ਐਸਾ ਨਹੀਂ ਸਸਤਾ ਹੁੰਦਾ ਹੈ, ਸਸਤਾ ਜੈਸੇ ਮੰਡੀ ਮੇਂ ਸੌਦਾ 10 ਰੁਪਇਆ ਕਿਲੋ ਮਿਲਾ ਹੈ, ਔਰ ਬਾਹਰ 20 ਰੁਪਏ ਵੇਚ ਦੇਗਾ 10 ਰੁਪਏ ਪ੍ਰੋਫਿਟ ਹੋ ਗਿਆ। ਹਾਂ, ਔਰ ਜੋ ਮੰਡੀ ਮੇਂ 25-30 ਰੁਪਏ ਮਿਲਦਾ ਤਾਂ ਬਾਹਰ ਵਿਕੇਗਾ 30 ਰੁਪਏ ਕਿਲੋ, ਤਾਂ 5 ਰੁਪਏ ਤਾਂ ਕਮੀ ਹੋ ਗਿਆ, ਇਹ ਚੱਕਰ ਹੁੰਦਾ ਹੈ। ਤੇ ਜਿਸ ਤਰ੍ਹਾਂ ਤੁਹਾਡੇ ਕਾਰੋਬਾਰ ਤੇ ਹੋਰ ਲੋਕਾਂ ਦੇ ਵੀ ਕਾਰੋਬਾਰ ਤੇ ਫਰਕ ਹੈ? ਸਭ ਕੇ ਤੇ ਫਰਕ ਹੈ, ਇਹ ਨਹੀਂ ਇੱਕ ਇੱਕ ਦਾ, ਸਭ ਦਾ ਕੰਮ ਕਿਸੇ ਦਾ, ਜਦੋਂ ਸਬਜ਼ੀ ਦਾ ਹੈ ਜੋ ਕਿਸੇ ਕਿਰਾਣੇ ਦਾ ਹੈ, ਜੋ ਸਬਜ਼ੀ ਵਾਲਾ ਕਮਾਊਗਾ ਤਾਂ ਕਿਰਾਣੇ ਵਾਲੇ ਕੋਲ ਜਾਊਗਾ, ਜੋ ਜੇ ਪੈਸੇ ਨਹੀਂ ਹੋਣਾ ਤਾਂ ਕੀ ਹੈ। ਮਤਲਬ ਤੁਹਾਡੇ ਕਹਿੰਦੇ ਮਤਲਬ ਲੋਕਾਂ ਕੋਲ ਪੈਸਾ ਨਹੀਂ ਹੈ ਇਸ ਟਾਈਮ ਤਾਂ ਘੱਟ ਹੈ, ਤੇ ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਹੈ ਫਿਰ ਕਿਸ ਤਰ੍ਹਾਂ ਲੋਕ ਮਨਾਉਣਗੇ? ਲੋਹੜੀ ਤਿਉਹਾਰ ਦੇਖੋ ਤੁਹਾਡੇ ਸਾਹਮਣੇ ਕਿ ਲੱਗਦੀ ਨਹੀਂ ਰੋੜੀ ਕੀ ਰੋੜੀ ਹੈ, ਨਹੀਂ ਇਹ ਤਾਂ 2 ਦਿਨ ਪਹਿਲੇ ਸਭ ਕੰਮ ਸ਼ੁਰੂ ਹੋ ਜਾਂ ਤਰ੍ਹਾਂ ਬਾਜ਼ਾਰ ਭਰੀ ਰਹਿਤੀ ਸੀ ਕਿ ਹਾਂ ਕਿ ਆ ਰੋੜੀ ਹੈ, ਤਾਂ ਉਹ ਪੈਸੇ ਦੀ ਕਮੀ ਸੇ ਸਭ ਖਰਚਾ ਖਤਾਬ ਹੈ। ਵਾਕਈ ਫਿਰ ਰੌਣਕ ਘੱਟ ਹੈ ਹੁਣ ਬਾਜ਼ਾਰ ਦੇ ਵਿੱਚ, ਵਾਕਈ ਰੌਣਕ ਘੱਟ ਹੈਗੀ ਆ। ਹਾਂ, ਇਹ ਕੱਲ ਰੋੜੀ ਹੈ, ਆ ਲੋਕ ਕੋਈ ਆਪਣੇ ਲੜਕੇ ਲੈ ਕੇ ਜਾ ਰਿਹਾ, ਕੋਈ ਕਹੀਂ ਜਾ ਰਿਹਾ ਹੈ, ਦੇਖਤੇ ਨਹੀਂ ਕੋਈ ਬਾਜ਼ਾਰ ਮੇਂ ਕੋਈ ਰੌਣਕ ਹੀ ਨਹੀਂ ਹੈ। ਤੇ ਜਿਸ ਤਰ੍ਹਾਂ ਤੁਸੀਂ ਅੱਗ ਸੇਕਣ ਦੇ ਕੀ ਗੱਲ? ਉਹ ਠੰਡ ਲੱਗਦੀ ਸੀ ਉਦੋਂ ਦੇਖ ਕੇ। ਬਿਲਕੁਲ ਜੀ ਬਿਲਕੁਲ, ਵੇਖੋ ਜੀ ਦੁਕਾਨਦਾਰ ਵਿਹਲੇ ਮਤਲਬ ਦੁਕਾਨ ਅੱਗ ਸੇਕ ਰਹੇ ਆ, ਅੱਗ ਦਾ ਸਹਾਰੇ ਨਾਲ ਜਿਹੜੀ ਠੰਡ ਨੂੰ ਆਪਣੀ ਦੂਰ ਕਰ ਰਹੇ ਆ। ਔਰ ਇਹਨਾਂ ਨੇ ਕਿਹਾ ਵਾ ਵੀ ਜਿਸ ਤਰ੍ਹਾਂ ਦਿਨ ਤਿਉਹਾਰ ਚੱਲ ਰਿਹਾ, ਲੋਹੜੀ ਦਾ ਦਿਨ ਤਿਉਹਾਰ ਆ, ਕੱਲ੍ਹ ਨੂੰ ਲੋਹੜੀ ਇਸ ਵੇਲੇ ਇੱਕ ਦਿਨ ਰਹਿ ਗਿਆ ਵਾ,
ਔਰ ਮਾਰਕੀਟ ਵਿੱਚ ਬਹੁਤ ਮੰਦਾ ਵਾਕਿਆ, ਕਿਉਂਕਿ ਗਾਹਕ ਵਾਕਿਆ ਮੈਂ ਕੈਮਰਿਆਂ ਕੋਲ ਤਸਵੀਰ ਜਿਹੜੀ ਬਾਕੀ ਹੋਰ ਵੀ ਦੁਕਾਨਾਂ ਦੀ ਸਾਂਝੀ ਕੀਤੀ ਜਾਵੇ, ਜਿਸ ਤਰ੍ਹਾਂ ਵਾਕਈ ਹਰ ਦੁਕਾਨ ਦੇ ਆਪਾਂ ਬਾਜ਼ਾਰ ਦੇ ਵਿੱਚ ਹੀ ਖੜ੍ਹੇ ਹਾਂ ਮੇਨ ਬਾਜ਼ਾਰ 'ਚ, ਔਰ ਬਿਲਕੁਲ ਦੁਕਾਨ ਦੇ ਕਿਸੇ ਕੋਈ ਦੁਕਾਨ ਹੋਊਗੀ ਜਿੱਥੇ ਵਿਰਲਾ ਵਿਰਲਾ ਕਿਤੇ ਗਾਹਕ ਹੈਗਾ, ਨਹੀਂ ਤਾਂ ਆ ਇੱਥੇ ਰੇਹੜੀ ਵਾਲਾ ਗਿਆ ਉਹਨਾਂ ਦੇ ਵਿੱਚ ਲੈਣ ਫੋਟੋ ਦਿਖਾਈ ਜਾਵੇ, ਜਿਹਦੀ ਅਸੀਂ ਤਸਵੀਰ ਸਾਂਝੀ ਕੀਤੀ ਜਾਵੇ, ਉੱਥੇ ਵੀ ਇੱਕ ਗਾਹਕ ਦਿਖਦਾ। ਅਤੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਇਹਨਾਂ ਦਿਨਾਂ ਵਿੱਚ ਵਾਕਿਆ ਹੁਣ ਇਸ ਤਰ੍ਹਾਂ ਮੰਦਾ ਵਾ, ਲੇਕਿਨ ਇਸ ਤੋਂ ਪਹਿਲਾਂ ਜਿਹੜੇ ਦਿਨ ਹੁੰਦੇ ਉਹਨਾਂ ਵਿੱਚ ਕਾਫੀ ਜਿਹੜਾ ਗਾਹਕ ਕਾਫੀ ਦੁਕਾਨ 'ਤੇ ਹੁੰਦੇ, ਹਰ ਗਾਹਕ ਜਿਸ ਤਰ੍ਹਾਂ ਸਬਜ਼ੀ ਵਾਲੀ ਦੁਕਾਨ ਤਕਰੀਬਨ ਜਿਹੜਾ ਵਾ ਗਾਹਕ ਕਾਫੀ ਹੁੰਦਾ, ਪਰ ਅੱਜ ਜਿਹੜਾ ਵਾ ਕਾਫੀ ਮੰਦਾ ਚੱਲ ਰਿਹਾ ਵਾ, ਸਵੇਰ ਦੇ ਸਵੇਰ ਦਾ ਟਾਈਮ ਆ ਪਰ ਫਿਰ ਵੀ ਮੰਦਾ ਹੈਗਾ। ਜੰਡਿਆਲਾ ਗੁਰੂ ਤੋਂ ਸ਼੍ਰੀ ਸ਼ਰਮਾ ਦੀ ਟੋਲ ਲਿਮਿਟਡ ਚੈਨਲ ਪੰਜਾਬ।